ਹੈਲੋ 82 ਜਮਾ ਦੇ ਪਿਆਰੇ ਵਿਦਿਆਰਥੀਓ ਤੁਹਾਡੇ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦੇ ਆ ਸਾਡੇ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾਂ ਬੱਚੋ ਤੁਸੀਂ ਸਾਡੀ ਪਿਛਲੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਬਹੁਤ ਹੀ ਪਿਆਰੇ ਪਿਆਰੇ ਕਮੈਂਟ ਕੀਤੇ ਐ ਤੇ ਉਸੀ ਤਰ੍ਹਾਂ ਇਸ ਵਾਲੀ ਵੀਡੀਓ ਨੂੰ ਵੀ ਲਾਈਕ ਕਰਕੇ ਤੇ ਥੱਲੇ ਵੀਡੀਓ ਦੇ ਲਾਲ ਰੰਗ ਦੇ ਸਬਸਕ੍ਰਾਈਬ ਦੇ ਬਟਨ ਨੂੰ ਦਬਾ ਲਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਨਾਲ ਹੀ ਘੰਟੀ ਦੇ ਪ੍ਰੈਸ ਬਟਨ ਨੂੰ ਪ੍ਰੈਸ ਜ਼ਰੂਰ ਕਰ ਲਿਓ ਤੇ ਤੁਹਾਡੀ ਸਾਰਿਆਂ ਦੀ ਬੇਨਤੀ ਦੇ ਮੁਤਾਬਕ ਅਸੀਂ ਤੁਹਾਡੇ ਲਈ ਸੀਰੀ ਸਿਖਿਆ ਦਾ ਪੇਪਰ ਹੁਣ ਲੈ ਕੇ ਆਏ ਹਾਂ ਜੋ ਕਿ 8ਵੀਂ ਜਮਾਤ ਦਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਤੁਹਾਡਾ ਕੱਲ੍ਹ ਹੋਣ ਲਈ ਜਾ ਰਿਹਾ ਹੈ ਇਹ ਪੇਪਰ ਤੋਂ ਡੱਬ ਜਾ ਮਾਰਕਸ ਦਾਇਆ ਤੇ 2 ਘੰਟੇ ਤੁਹਾਨੂੰ ਦਿੱਤੇ ਜਾਣਗੇ ਇਸ ਵਿੱਚ ਭਾਗ 4 ਦਿੱਤੇ ਆ ਭਾਗ ੳ ਭਾਗ ਅ ਤੇ ਭਾਗ ਅੜੀ ਭਾਗ ਸਸਾ ਜਿਸ ਵਿੱਚ ਤੁਹਾਨੂੰ 5-5 ਪ੍ਰਸ਼ਨ ਪੁੱਛੇ ਜਾਣਗੇ ਹਰੇਕ ਭਾਗ ਦੇ ਵਿੱਚ ਟੋਟਲ ਤੁਹਾਨੂੰ 20 ਕੁਐਸਚਨ ਪੁੱਛੇ ਜਾਣਗੇ ਪਹਿਲਾਂ 1-1 ਅੰਕ ਵਾਲੇ ਫਿਰ 2-2 ਤੇ ਫਿਰ 3 ਫਿਰ 5 ਤੇ ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਨੇ ਇਸ ਲਈ ਤੁਸੀਂ ਹੁਣ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਤੇ ਤੁਸੀਂ ਧਿਆਨ ਨਾਲ ਇਸ ਵੀਡੀਓ ਨੂੰ ਵੇਖ ਲਓ ਤੇ ਇਹ ਸਾਰੇ ਕੁਐਸਚਨ ਤੁਹਾਨੂੰ ਕੱਲ੍ਹ ਵੇਖਣ ਨੂੰ ਮਿਲਣਗੇ ਤੁਹਾਡੇ ਪੇਪਰ ਦੇ ਵਿੱਚ ਇਸ ਲਈ ਇਹਨਾਂ ਨੂੰ ਨੋਟ ਕਰ ਲਓ ਆਪਣੀ ਕਾਪੀ ਨੋਟਬੁੱਕ ਦੇ ਉੱਤੇ ਤੇ ਯਾਦ ਕਰ ਲਿਓ ਤੇ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕੁਐਸਚਨ ਸਭ ਤੋਂ ਪਹਿਲਾਂ ਆਪਣੇ ਕੋਲ ਕੁਐਸਚਨ ਦਿੱਤਾ ਅਭਿਨਵ ਬਿੰਦਰਾ ਨੇ 올림픽 ਸੋਨ ਤਮ ਤਮਗਾ ਕਦੋਂ ਜਿੱਤਿਆ ਇਹ ਤੁਹਾਨੂੰ ਇੱਕ-ਇੱਕ ਨੰਬਰ ਵਾਲੇ ਆ ਤੇ ਇੱਕ ਲਾਈਨ ਦੇ ਵਿੱਚ ਇਹਦਾ ਉੱਤਰ ਦੇਣਾ ਆ ਆਪਾਂ ਨੂੰ ਇਹ ਤੁਹਾਡੇ ਕੋਲ ਪੰਜ ਆ ਤੇ ਚੌਥਾ ਪ੍ਰਸ਼ਨ ਯੋਗ ਦਰਸ਼ਨ ਕੀ ਹੈ ਨਸ਼ਿਆਂ ਦਾ ਸਰੀਰ ਤੇ ਮਾੜਾ ਪ੍ਰਭਾਵ ਕਿਵੇਂ ਹਨ ਸੈਸ਼ਨ ਦਾ ਕੀ ਅਰਥ ਹੈ ਇਹ ਪੰਜ ਕੁਸ਼ਨ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਲਿਓ ਤੇ ਅੱਗੇ ਆਪਣੇ ਕੋਲ ਪਾਗ ਆਡੇ ਦੇ ਵਿੱਚ ਕੁਝ ਕੁਸ਼ਨ ਦਿੱਤੇ ਆ ਇਹ ਤੁਹਾਨੂੰ 2-2 ਨੰਬਰਾਂ ਦੇ ਪੁੱਛੇ ਗਏ ਆ ਇਸ ਵਿੱਚ ਤੁਸੀਂ 2-2 ਲਾਈਨਾਂ ਦੇ ਵਿੱਚ ਉੱਤਰ ਦੇ ਸਕਦੇ ਹੋ ਵੱਧ ਤੋਂ ਵੱਧ 2 ਲਾਈਨਾਂ ਦੇ ਵਿੱਚ ਦੇ ਦਿਓ ਕਿਉਂਕਿ ਤੁਹਾਨੂੰ ਟਾਈਮ ਦੇ ਮੁਤਾਬਿਕ ਤੁਸੀਂ ਆਪਣੇ ਐਡਜਸਟ ਕਰ ਲਿਓ ਕਿੰਨਾ ਕੁਸ਼ਨ ਕਿੰਨੇ ਆਂਸਰ ਦੇ ਵਿੱਚ ਦੇਣਾ ਆ ਤੇ ਇਸ ਵਿੱਚ ਤੁਹਾਡੇ ਕੋਲ ਸਿਕਿਤ ਕੁਸ਼ਨ ਪੁੱਛਿਆ ਗਿਆ ਕਿ ਨਸ਼ਿਆ ਦਾ ਸਾਡੇ ਜੀਵਨ ਦੇ ਕੀ ਪ੍ਰਭਾਵ ਪੈਂਦਾ ਹੈ ਤੇ ਉਸ ਤੋਂ ਅੱਗੇ ਪੁੱਛਿਆ ਗਿਆ ਸਤਵਾਂ ਕੋਸ਼ਣ ਯੋਗ ਦੇ ਟੀਚੇ ਬਾਰੇ ਤੁਸੀਂ ਕੀ ਜਾਣਦੇ ਹੋ ਤਾਂ ਬੱਚਿਓ ਤੁਸੀਂ ਇਸ ਵੀਡੀਓ ਤੇ 100 ਲਾਈਕ ਕੰਪਲੀਟ ਕਰ ਦਿੰਦੇ ਹੋ ਤਾਂ ਤੁਹਾਨੂੰ ਇਹਦੇ ਆਨਸਰ ਵੀ ਆਪਾਂ ਪ੍ਰੋਵਾਈਡ ਕਰਾਵਾਂਗੇ ਤੇ ਇਹ ਜਿਹੜੇ ਆ ਤੁਹਾਡੇ ਕੋਲ ਚਾਰ ਕੋਸ਼ਣ ਆ ਭਾਗ ਏ ਦੇ ਤੇ ਭਾਗ ਏਡੀ ਦੇ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਇਸ ਲਈ ਇਹਨਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਕਰਕੇ ਜਾਇਓ ਇਹਨਾਂ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਕੋਸ਼ਣ ਇੱਕ-ਇੱਕ ਭਾਗ ਦੇ ਵਿੱਚੋਂ ਉਥੇ ਦੇਖਣ ਨੂੰ ਮਿਲਣਗੇ ਅੱਗੇ ਤੁਹਾਡੇ ਕੋਲ 8ਵਾਂ ਕੁਐਸਚਨ ਪੁੱਛਿਆ ਗਿਆ ਹੈ ਮਨੁੱਖੀ ਜੀਵਨ ਵਿੱਚ ਅਨੁਸ਼ਾਸਨ ਦਾ ਕੀ ਮਹੱਤਵ ਹੈ ਖੇਡਾਂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ਭਾਰਤ ਸਰਕਾਰ ਵੱਲੋਂ ਅਭ ਨਵ ਬਿੰਦਰਾ ਨੇ ਕਿਹੜੇ ਕਿਹੜੇ ਅਵਾਰਡ ਦਿੱਤੇ ਗਏ ਭਾਰਤ ਸਰਕਾਰ ਦੇ ਵੱਲੋਂ ਤੇ ਭਾਗੜੀ ਦੇ ਵਿੱਚ ਵੀ ਤੁਹਾਡੇ ਕੋਲ ਪੁੱਛਿਆ ਗਿਆ ਇਹ 3 ਨੰਬਰਾਂ ਵਾਲਿਆ ਇਸ ਲਈ ਤੁਸੀਂ ਨੂੰ 3.5 3-4 ਲਾਈਨਾਂ ਦੇ ਵਿੱਚ ਇਹਦਾ ਉੱਤਰ ਦੇ ਦਿਓ ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤਾਂ ਤੁਸੀਂ ਇਸ ਦਾ ਜਿਹੜਾ ਉੱਤਰ ਆ 1 ਮਿੰਟ ਭਾਗ ਈਡੀ ਆਪਣੇ ਕੋਲ ਪਾਗੜੀ ਹਾਂ 3 3 ਨੰਬਰਾਂ ਦਾ ਹੈ ਤੇ ਪਾਗੜੀ ਜਿਹੜੀ ਤੇ ਤੁਸੀਂ 3 ਪੁਆਇੰਟ ਮਤਲਬ ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੈ ਜਿੰਨੇ ਵੀ ਪ੍ਰਕਾਰ ਦਾ ਹੈਗਾ ਉਹਨਾਂ ਦੇ ਪ੍ਰਕਾਰ ਦੱਸ ਕੇ ਤੇ ਉਹਨਾਂ ਦੇ ਨਾਲ ਦੋ ਦੋ ਲਾਈਨਾਂ ਦੇ ਵਿੱਚ ਡਿਫਾਈਨ ਕਰ ਦਿਓ ਤੇ ਖੇਡ ਤੇ ਅਨੁਸ਼ਾਸਨ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਯੋਗ ਦੇ ਟੀਚੇ ਬਾਰੇ ਤੁਸੀਂ ਕੀ ਜਾਣਦੇ ਹੋ ਅਸ਼ਟੰਗ ਯੋਗ ਬਾਰੇ ਤੁਸੀਂ ਕੀ ਜਾਣਦੇ ਹੋ ਨਸ਼ਿਆਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਰੋਕਣ ਦੇ ਪੜਾ ਦੱਸ ਦਿਓ ਇਹ ਤਾਂ ਤੁਹਾਡੇ ਕੋਲ ਸਿੰਪਲ ਜਿਹਾ ਪੁੱਛਿਆ ਗਿਆ ਆ ਅੱਗੇ ਭਾਗ ਸੱッセ ਦੇ ਵਿੱਚ ਕੋਈ ਵੀ ਆਪਸ਼ਨ ਵਾਲਾ ਨਹੀਂ ਆਇਆ ਆਪਣੇ ਕੋਪਰੇਸ਼ਨ ਆਪ ਨੂੰ ਚਾਰੇ ਦੇ ਚਾਰੇ ਲਾਜ਼ਮੀ ਆ ਚਾਰੇ ਹੀ ਕਰਨੇ ਆ ਨਸ਼ਿਆਂ ਦੇ ਮਾੜੇ ਪ੍ਰਭਾਵ ਲਿਖ ਦਿਓ ਯੋਗ ਦੇ ਉਦੇਸ਼ ਕਿਹੜੇ-ਕਿਹੜੇ ਹੁੰਦੇ ਹਨ ਨਸ਼ਿਆਂ ਦੇ ਵਧ ਰਹੇ ਰੁਝਾਨ ਤੇ ਕਿਹੜੇ-ਕਿਹੜੇ ਕਾਰਨ ਹਨ ਤੇ ਅਨੁਸ਼ਾਸਨ ਦੀ ਲੋੜ ਤੇ ਮਹੱਤਵ ਬਾਰੇ ਤੁਸੀਂ ਕੀ ਜਾਣਦੇ ਹੋ ਇਸ ਲਈ ਜਿਹੜਾ ਇਹਨਾਂ ਚਾਰ ਚਾਰਾਂ ਨੂੰ ਚੰਗੀ ਤਰ੍ਹਾਂ ਰੀਡ ਕਰ ਲਿਓ ਤੇ ਇਸੇ ਤਰ੍ਹਾਂ ਹੀ ਭਾਗ ਏ ਦੇ ਭਾਗ ਏ ਦੇ ਪ੍ਰਸ਼ਨਾਂ ਨੂੰ ਤੁਸੀਂ ਨੋਟ ਆਊਟ ਕਰਕੇ ਤੇ ਯਾਦ ਕਰਕੇ ਚੱਲਿਓ ਇਹਨਾਂ ਵਿੱਚ ਹੀ ਤੁਹਾਨੂੰ ਪੇਪਰ ਦੇ ਵਿੱਚ ਕਾਫੀ ਕੁਐਸਚਨ ਦੇਖਣ ਨੂੰ ਮਿਲਣਗੇ ਤਾਂ ਆਪਾਂ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾਂ ਇਹ ਸੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਨੂੰ 8ਵੀਂ ਜਮਾਤ ਅੱਗੇ ਵੀ ਤੁਹਾਡੇ 9ਵੀਂ ਜਮਾਤ ਦੇ ਵੀ ਪੇਪਰ ਤੁਹਾਨੂੰ ਇਸ ਚੈਨਲ ਤੇ ਮਿਲਣਗੇ ਅਲੱਗ-ਅਲੱਗ ਟੀਚਰ ਇੱਥੇ ਤੁਹਾਨੂੰ ਪੜਾਉਣਗੇ ਤੇ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਦੋਂ ਤ